ਸਾਡੇ ਨਾ ਠਾਣੇ ਗੜਸ਼ੰਕਰ ਦੇ ਵਿੱਚ ਇੱਕ ਔਨਲਾਈਨ ਠੱਗੀ ਦੀ ਐੱਫ ਆਈ ਆਰ ਲੌਜ ਹੋਈ ਸੀ ਡੇਟਡ 23/4/24 ਨੂੰ ਐੱਫ ਆਈ ਆਰ ਨੰਬਰ 67 ਜਿਹਦੇ ਵਿੱਚ ਸਾਡੇ ਇੱਥੇ ਡਾਕਟਰ ਨੇ ਡਾਕਟਰ ਰਘਵੀਰ ਸਿੰਘ ਉਹਨਾਂ ਦੇ ਨਾਲ ਉਹਨਾਂ ਨੂੰ ਝਾਂਸੇ 'ਚ ਲੈ ਕੇ ਅਤੇ 49 ਲੱਖ ਦੀ ਠੱਗੀ ਉਹਨਾਂ ਨਾਲ ਹੋ ਗਈ ਸੀ ਜਿਹਦੀ ਅਸੀਂ ਅੱਗੇ ਐੱਫ ਆਈ ਆਰ ਲੌਜ ਕਰਕੇ ਅਤੇ ਆਪਦੀ ਟੈਕਨੀਕਲੀ ਤੌਰ 'ਤੇ ਅਤੇ ਦੂਜੇ ਤਰੀਕੇ ਨਾਲ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਵਿੱਚ ਸਾਡੀ ਟੀਮ ਨੇ ਵੱਖ ਵੱਖ ਜਗ੍ਹਾ 'ਤੇ ਰੇਡ ਕਰਕੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਮੁਕੱਦਮੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਵਿੱਚ ਅਸੀਂ 3 ਅਕਿਊਜ਼ਡ ਅੱਗੇ ਅਰੈਸਟ ਕੀਤੇ ਆ ਅਤੇ ਲਗਭਗ 7 ਲੱਖ ਰੁਪਈਆ ਉਹਨਾਂ ਤੋਂ ਰਿਕਵਰ ਕਰ ਲਿਆ ਆ ਅਤੇ ਹੁਣ ਅੱਗੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਫਰਦਰ ਇਸ ਕੇਸ ਦੇ ਅੱਗੇ ਮਜੀਦ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਬੰਦੇ ਪਠਾਨਕੋਟ ਨੂੰ ਬਿਲੋਂਗ ਕਰਦੇ, 2 ਪਠਾਨਕੋਟ ਨੂੰ ਬਿਲੋਂਗ ਕਰਦੇ ਆ, 1 ਹਰਿਆਣੇ ਨੂੰ ਕਰਦਾ, ਉੱਦਾਂ ਚੰਡੀਗੜ੍ਹ ਰਹਿੰਦਾ ਆ। ਟੋਟਲ 3 ਅਸੀਂ ਕੀਤੇ। ਹਾਂ, ਗਰੋਹ ਤਾਂ ਲੱਗਦਾ ਹੀ ਆ, ਕੋਈ ਇਹਨਾਂ ਨੇ ਵੱਖ ਵੱਖ ਜਗ੍ਹਾ 'ਤੇ ਬੈਠੇ ਆ, ਅਸੀਂ ਕਰ ਰਹੇ ਹਾਂ, ਤਕਰੀਬਨ ਕਰਾਂਗੇ ਹੌਲੀ ਹੌਲੀ ਸਾਰੇ ਇਹਦਾ ਪਰਦਾਫਾਸ਼ ਕਰਾਂਗੇ, ਕੌਣ ਕਿੱਥੇ ਬੈਠਾ, ਅਰੈਸਟ ਕਰਾਂਗੇ ਸਾਰੇ। ਅਪੀਲ ਤਾਂ ਬਹੁਤ ਵਧੀਆ, ਚਲੋ ਸਵਾਲ ਆ। ਅਪੀਲ ਤਾਂ ਮੈਂ ਇਹੀ ਕਰੂੰਗਾ ਵੀ ਅੱਜ ਕੱਲ੍ਹ ਹਰ ਕੋਈ ਅਵੇਅਰਨੈਸ ਹੈਗੀ ਆ, ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਫੇਕ ਕਾਲ ਆਉਂਦੀਆਂ ਆ, ਐਵੇਂ ਝਾਂਸੇ 'ਚ ਲੈ ਜਾਂਦੇ ਆ, ਕੋਈ ਨਾ ਕੋਈ ਡਰਾਵਾ ਦੇ ਦਿੰਦੇ, ਤੇਰਾ ਆਹ ਹੋ ਗਿਆ, ਤੇਰਾ ਪਾਰਸਲ ਆਇਆ, ਤੇਰਾ ਕਿਤੇ ਨਾ ਬੋਲਦਾ ਆ, ਕੋਈ ਐਵੇਂ ਕੋਈ ਵਰੰਟ ਤੇਰਾ ਨਿਕਲਿਆ ਆ। ਕਾਇੰਡਲੀ ਜਿਹੜਾ ਬੰਦਾ ਸੱਚਾ ਸੁੱਚਾ ਆ, ਉਹਨੂੰ ਜੇ ਕੋਈ ਚੀਜ਼ ਦਾ ਡਰ ਨਹੀਂ ਆ, ਉਹ ਇਸ ਚੀਜ਼ ਨੂੰ ਕਾਊਂਟਰ ਵੈਰੀਫਾਈ ਤਾਂ ਕਰ ਲਏ। ਜੇ ਬਾਹਰੋਂ ਕਿਸੇ ਪੁਲਿਸ ਦਾ ਜਾਂ ਕਿਸੇ ਹੋਰ ਏਜੰਸੀ ਵੱਲੋਂ ਫੇਕ ਕਾਲ ਆਉਂਦੀ ਆ, ਤਾਂ ਆਣ ਕੇ ਲੋਕਲ ਪੁਲਿਸ ਨੂੰ ਇਨਫੋਰਮ ਕਰ ਦੇਣ, ਜਾਂ SHO ਸਾਹਿਬ ਨੂੰ ਜਾਂ ਕੰਟਰੋਲ ਰੂਮ ਕਿਤੇ ਫੋਨ ਕਰਕੇ ਹੀ ਕਰ ਦੇਣ ਵੀ ਇਹ ਸਾਨੂੰ ਆਹ ਕਾਲ ਆ ਰਹੀ ਆ ਜੀ, ਸਾਡਾ ਤਾਂ ਕੋਈ ਇਹੋ ਜਿਹੀ ਚੀਜ਼ ਨਾਲ ਲੈਣਾ ਦੇਣਾ ਨਹੀਂ ਆ, ਅਤੇ ਸਾਨੂੰ ਡਰਾਇਆ ਜਾ ਰਿਹਾ, ਅਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਲਈਏ ਉਸ ਚੀਜ਼ ਨੂੰ, ਤਾਂ ਜੋ ਇਹੋ ਜਿਹੀਆਂ ਠੱਗੀਆਂ ਤੋਂ ਬਚਾਅ ਹੋ ਸਕੇ। ਲੋਕ ਡਰਦੇ ਐਵੇਂ ਆਪਣੀਆਂ ਟ੍ਰਾਂਜੈਕਸ਼ਨਸ ਕਰ ਦਿੰਦੇ ਆ, ਪੈਸੇ ਉਹਨਾਂ ਨੂੰ ਪਾ ਦਿੰਦੇ ਆ, ਅਤੇ ਉਹਨਾਂ ਨੂੰ ਠੱਗੀ ਮਾਰਨ ਦਾ ਸੌਖਾ ਤਰੀਕਾ ਲੱਭ ਜਾਂਦਾ।